ਦੋਸਤੋ ਤਕਲਵਿਆ ਸਕੂਲ ਆਫ ਗਾਈਡੈਂਸ ਦੇ ਇਸ ਸੈਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਵੈਲਕਮ ਅੱਜ ਅਸੀਂ ਇਸ ਗੱਲ ਤੇ ਚਰਚਾ ਕਰਾਂਗੇ ਕਿ ਹਿਸਟਰੀ ਸਬਜੈਕਟ ਨੂੰ ਕਿਵੇਂ ਤੇ ਕਿਉਂ ਪੜਨਾ ਚਾਹੀਦਾ ਹੈ ਹਿਸਟਰੀ ਹੁਣ ਤੱਕ ਅਸੀਂ ਜੋ ਪੜ੍ਹਦੇ ਆਏ ਹਾਂ ਉਸ ਨੂੰ ਖੰਡ-ਖੰਡ ਕਰਕੇ ਪੜ੍ਹਦੇ ਆਏ ਹਾਂ ਚੈਪਟਰ ਵਾਈਜ਼ ਕਰਕੇ ਪੜ੍ਹਦੇ ਆਏ ਹਾਂ ਔਰ ਕਰਨੋਲੋਜੀ ਯਾਦ ਕਰਦੇ ਆਏ ਹਾਂ ਫੈਕਟਸ ਨੂੰ ਮੈਮੋਰੀਜ਼ ਮੈਮੋਰਾਇਜ਼ ਕਰਦੇ ਆ ਰਹੇ ਹਾਂ ਪਰ ਹਾਲ ਹੀ ਵਿੱਚ ਹੋਏ ਯੂਪੀਐਸਸੀ ਦੇ ਔਰ ਪੀਪੀਐਸਸੀ ਦੇ ਇਮਤਿਹਾਨਾਂ ਵਿੱਚ ਜਿਹੜੇ ਹਿਸਟਰੀ ਦੇ ਸਵਾਲ ਆਉਂਦੇ ਨੇ ਉਹਨਾਂ ਤੇ ਨਜ਼ਰ ਮਾਰਿਆਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਸਾਨੂੰ ਹਿਸਟਰੀ ਨੂੰ ਪੜਨ ਲਈ ਆਪਣੀ ਅਪਰੋਚ ਬਦਲਣੀ ਪਵੇਗੀ ਹਿਸਟਰੀ ਨੂੰ ਅਸੀਂ ਹੁਣ ਖੰਡ-ਖੰਡ ਕਰਕੇ ਨਹੀਂ ਸਕੋ ਸਮੁੱਚ ਵਿੱਚ ਪੜਾਂਗੇ ਅਸੀਂ ਹਿਸਟਰੀ ਨੂੰ ਇਸ ਤਰ੍ਹਾਂ ਪੜਾਂਗੇ ਕਿ ਇੱਕ ਫੈਕਟ ਜੋ ਹੈ ਉਸ ਦੇ ਆਲੇ-ਦੁਆਲੇ ਦੇ ਹੋਰ ਕਿਹੜੇ ਫੈਕਟਸ ਐਸੇ ਸਨ ਜਿਨ੍ਹਾਂ ਕਰਕੇ ਉਸ ਫੈਕਟਸ ਦੇ ਉੱਤੇ ਪ੍ਰਭਾਵ ਪਿਆ ਔਰ ਉਹ ਫੈਕਟਸ ਐਦਾ ਹੋਇਆ ਇੱਕ ਦੂਜੇ ਨਾਲ ਜੋੜ ਕੇ ਪੜਾਂਗੇ ਇਸ ਅਪਰੋਚ ਨੂੰ ਅਸੀਂ ਐਸੋਸੀਏਸ਼ਨਸ ਆਫ ਫੈਕਟਸ ਕਹਿ ਸਕਦੇ ਹਾਂ ਦੋਸਤੋ ਸਵਾਲਾਂ ਤੋਂ ਇਹ ਪਤਾ ਲੱਗਦਾ ਹੈ ਕਿ यूपीएससी ਹੁਣ ਸੱਥੋ ਇਹ ਨਹੀਂ ਪੁੱਛਦੀ ਕਿ ਆਰੀਅਨ ਕੌਣ ਸੰ ਆਰੀਅਨ ਕਦੋਂ ਆਏ ਇਹ ਆਰੀਅਨ ਦਾ ਮੂਲ ਸਥਾਨ ਕੀ ਸੀਗਾ ਯੂਪੀਐਸਸੀ ਸੱਥੋ ਤਵਕੋ ਰੱਖਦੀ ਆ ਕਿ ਸਾਨੂੰ ਇਹ ਪਤਾ ਹੋਵੇ ਇਹ ਇਸੀਨ ਕੁਆਰੀ ਦਾ ਹਿੱਸਾ ਬਣੇ ਹੋਈ ਏ ਕਿ ਜੇ ਆਰੀਅਨ ਵਾਰੋਂ ਕਿਤੇ ਆਏ ਹਨ ਤਾਂ ਉਥੋਂ ਕਿਉਂ ਆਏ ਉਹਨਾਂ ਦੇ ਉਥੋਂ ਆਉਣ ਦਾ ਕਾਰਨ ਕੀ ਸੀ ਜਦੋਂ ਉਹਨਾਂ ਦੇ ਉਥੋਂ ਆਉਣ ਦਾ ਕਾਰਨ ਪਤਾ ਲੱਗੇਗਾ ਤੇ ਸਾਨੂੰ ਉਹਨਾਂ ਦੇ ਆਉਣ ਦਾ ਮਕਸਦ ਪਤਾ ਲੱਗੇਗਾ ਤੇ ਉਹਨਾਂ ਦੀਆਂ ਇੱਥੇ ਆ ਕੇ ਜਿਹੜੀਆਂ ਗਤੀਵਿਧੀਆਂ ਹੋਣਗੀਆਂ ਉਹਨਾਂ ਦੇ ਪਿੱਛੇ ਮਕਸਦ ਸਾਨੂੰ ਪਤਾ ਹੋਏਗਾ ਤਾਂ ਅਸੀਂ ਉਹਨਾਂ ਦਾ ਐਨਾਲਿਸਿਸ ਜਿਹੜਾ ਹੈ ਉਹ ਚੰਗੀ ਤਰ੍ਹਾਂ ਕਰ ਸਕਦੇ ਹਾਂ ਇਸੇ ਤਰ੍ਹਾਂ ਇਨੀਸ਼ੀਏਟਿਵਸ ਜਿਹਦੇ ਵਿੱਚ ਸੈਂਟਰਲ ਏਸ਼ੀਆ ਤੋਂ ਜਿੰਨੇ ਵੀ ਲੋਕ ਆਏ ਉਹ ਸਾਰੇ ਲੋਕ ਆ ਕੇ ਤੇ ਇਸ ਇੰਡੀਅਨ ਕਲਚਰ ਵਿੱਚ ਸਮਾਜ ਜਾਂਦੇ ਰਹੇ ਅੱਜ ਸਾਨੂੰ ਬਿਲਕੁਲ ਨਹੀਂ ਪਤਾ ਲੱਗ ਸਕਦਾ ਕਿ ਕਿਸੇ ਇੱਕ ਇੰਡੀਅਨ ਦਾ ਸੱਚੀ ਮੱਚੀ ਪਛੋਕੜ ਕੀ ਹੈ ਕਿ ਉਹ ਆਰੀਅਨ ਕੀ ਉਹ ਸ਼ਖਸ ਸੀਗਾ ਕੀ ਉਹ ਕੁਸ਼ਾਨ ਹੈ ਜਾਂ ਯੋਨਨੀ ਹੈ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਇਨਸੈਂਟ੍ਰੀਸ ਚੀਜ਼ ਨੂੰ ਅਸੀਂ ਉਸ ਤਰੀਕੇ ਨਾਲ ਹੀ ਦੇਖਾਂਗੇ ਕਿ ਜਿੰਨਾ ਜਿੰਨਾ ਖਿੱਤਿਆਂ ਨਾਲ ਐਨਸ਼ੀਅੰਟ ਹਿਸਟਰੀ ਦੇ ਸਾਡੇ ਲੋਕਾਂ ਦਾ ਸਬੰਧ ਰਿਹਾ ਹੈ ਉਹਨਾਂ ਖੇਤਾਂ ਵਿੱਚ ਕੀ ਡਿਵੈਲਪਮੈਂਟਸ ਹੋਈਆਂ ਸਨ ਜੈਨੇ ਕਿ ਹਿਸਟਰੀ ਨੂੰ ਜਾਂ ਇੰਡੀਅਨ ਹਿਸਟਰੀ ਨੂੰ ਇਕੱਲੇ ਇੰਡੀਆ ਨੂੰ ਇਸ ਦੀਪ ਨੂੰ ਵੱਖ ਕਰਕੇ ਹਿਸਟਰੀ ਨੂੰ ਅਸੀਂ ਨਹੀਂ ਪੜ ਸਕਦੇ ਤੇ ਜੇ ਪੜਾਂਗੇ ਤੇ ਸਾਨੂੰ ਜਿਹੜੀ ਛਗੀ ਆ ਉਹਦੀ ਪੂਰੀ ਸਮਝ ਨਹੀਂ ਆਏਗੀ ਤੇ ਜੇ ਪੂਰੀ ਸਮਝ ਨਹੀਂ ਆਏਗੀ ਤੇ ਅਸੀਂ ਯੂਪੀਐਸਸੀ ਦੇ ਸਵਾਲਾਂ ਦਾ ਜਵਾਬ ਨਹੀਂ ਦੇ ਸਕਾਂਗੇ ਇਸੇ ਤਰ੍ਹਾਂ ਹੀ ਸੈਂਟਰਲ ਏਸ਼ੀਆ ਤੋਂ ਹੀ ਲੋਕ ਆਏ ਮਡੇਵਰ ਪੀਰੀਅਡ ਦੇ ਵਿੱਚ ਕੁਝ ਲੋਕ ਆਏ ਚਲੇ ਗਏ ਕੁਝ ਲੋਕ ਆਏ ਔਰ ਇੱਥੇ ਵਸ ਗਏ ਤੁਰਕ ਆਏ ਤੁਰਕ ਵਸ ਗਏ ਔਰ ਉਸ ਤੋਂ ਬਾਅਦ ਮੁਗਲ ਆਏ ਮੁਗਲ ਵਸ ਗਏ ਤੇ ਅੱਜ ਵੀ ਸਾਨੂੰ ਜਿਹੜਾ ਹੈਗਾ ਆ ਕਿਉਂਕਿ ਉਹਨਾਂ ਦੇ ਆ ਕੇ ਮੈਟਰਮੋਨੀਅਲ ਰਿਲੇਸ਼ਨਸ ਔਰ ਉਹਨਾਂ ਦਾ ਇਸ ਕਲਚਰ ਵਿੱਚ ਕੋਲ ਮਿਲ ਜਾਣਾ ਇੱਕ ਨਵੀਂ ਕਿਸਮ ਦੀ ਜਿਹੜੀ ਉਹ ਆ ਸਿਚੁਏਸ਼ਨ ਤਿਆਰ ਕਰਦਾ ਹੈ ਔਰ ਇੱਕ ਨਵੀਂ ਭੂਮੀ ਤਿਆਰ ਕਰਦਾ ਹੈ ਜਿਹਦਾ ਜਿੱਦ ਤੇ ਇੰਡੀਆ ਦਾ ਕਲਚਰ ਉਸਰਿਆ ਹੈ ਸੋ ਵੇਖਣਾ ਇਹ ਹੁੰਦਾ ਹੈ ਕਿ ਕੀ ਪਹਿਲੋਂ ਲੋਕ ਸੈਂਟਰਲ ਏਸ਼ੀਆ ਤੋਂ ਆਏ ਤੇ ਜ਼ਮੀਨੀ ਰਸਤੇ ਹੀ ਇੱਧਰ ਇੰਡੀਆ ਦੇ ਵਿੱਚ ਆ ਕੇ ਵਸੇ ਤੇ ਐਸਾ ਕੀ ਕਾਰਨ ਹੋਇਆ ਕਿ ਮੁਗਲਾਂ ਤੋਂ ਬਾਅਦ ਦੁਨੀਆ ਤੇ ਐਸੀ ਕੀ ਘਟਨਾਵਾਂ ਹੋਈਆਂ ਜਿਨ੍ਹਾਂ ਕਰਕੇ ਪਹਿਲਾਂ ਲੋਕ ਜ਼ਮੀਨੀ ਰਸਤੇ ਆਉਂਦੇ ਸਨ ਤੇ ਫੇਰ ਲੋਕ ਸਮੁੰਦਰੀ ਰਸਤੇ ਆਉਣੇ ਸ਼ੁਰੂ ਹੋਏ ਪਹਿਲਾਂ ਇੱਕ ਡੱਚ